अदर गुरदासपुर डेरा बाबा नानक रोड से स्थित नानक सहायक कॉलोनी विच माहौल उस वेले तनावपूर्ण हो गया जदों बिजली विभाग के कर्मचारियों ते कॉलोनी निवासी आमने सामने हो इस संबंधी जानकारी दिंदिया नानक सहायक कॉलोनी के निवासियों ने दसिया कि बिजली विभाग के अधिकारियों वालों एक मकान मालिक के कहन ते गलत तरीके साइड से लगे खंभे नूं पुट के गली विच घर लगा दिता गया जिस करके पूरी कॉलोनी निवासियों को बहुत मुश्किलों का सामना करना पै रहा है। उन्होंने कहा कि इस लगे खंभे नाल एक्सीडेंट हो सकते हैं। इस मामले विच नगर कौंसल के अधिकारी भी बिजली विभाग को चिट्ठी कर चुके हैं कि खंभा रस्ते विच है अति दुर्घटनावां का कारण बन सकता है। गुरदासपुर तों रोहित गुप्ता की रिपोर्ट लाइव भारत। ਗੁਲਜਾਰ ਸਿੰਘ ਦੱਸ ਦਿਓ ਜੀ ਇਹ ਮਸਲਾ ਕੀ ਹੈਗਾ ਸਾਰਾ ਜਿਹੜਾ ਕਹਿ ਰਹੇ ਨੇ ਵੀ ਖੰਭਾ ਪੁੱਟ ਕੇ ਪਹਿਲਾਂ ਪਿਛਾਂ ਕਰਦਾ ਤੇ ਮੇਰੇ ਕੋਲ ਮਿਲੀ ਭੂਤ ਕਰਕੇ ਜਿਹੜਾ ਖੰਭਾ ਵਾ ਪੁਰਾਣਾ ਕਰਦਾ ਮਿਲੀ ਭੂਤ ਨਹੀਂ ਇਹ ਮੈਂ ਡਿਪੋਜ਼ਿਟ ਐਸਟੀਮੇਟ ਬਣਿਆ ਜੀ ਸਰ ਬਕਾਇਦਾ ਐਸਟੀਮੇਟ ਬਣਿਆ ਐਸਟੀਮੇਟ ਦੇ ਮੁਤਾਬਕ ਹੋਇਆ ਵਾ ਇਹ ਘਰ ਵੱਲੋਂ ਕੀ ਅਪੀਲ ਕੀਤੀ ਗਈ ਤੁਹਾਨੂੰ ਕੀ ਐਸਟੀਮੇਟ ਦਿੱਤਾ ਗਿਆ ਜਿਹਨੇ ਰਾਇਸ਼ ਕਰ ਰਹੇ ਨੇ ਇੱਥੇ ਅੱਜ ਮਤਲਬ ਖੰਭਾ ਢੋਣ ਵਾਸਤੇ ਇਹਨਾਂ ਨੇ ਕੀ ਕਿਹਾ ਤੁਹਾਨੂੰ ਕੀ ਐਪਲੀਕੇਸ਼ਨ ਦਿੱਤੀ ਸੀ ਐਪਲੀਕੇਸ਼ਨ ਦਿੱਤੀ ਵੀ ਸਾਡੀਆਂ ਦੁਕਾਨਾਂ ਮੋਰੇ ਮਤਲਬ ਖੰਭਾ ਤੇ ਉਹਨੂੰ ਹਟਾਇਆ ਜਾਵੇ ਉਹਦਾ ਵੀ ਮਤਲਬ ਜੇ ਸਾਹਮਣੇ ਐਸਟੀਮੇਟ ਤਿਆਰ ਕਰਕੇ ਉਹਨਾਂ ਦੇ ਪੈਸੇ ਜਮ੍ਹਾਂ ਹੋਇਆ ਉਹਦੇ ਕਿੰਨੇ ਪੈਸੇ ਜਮ੍ਹਾਂ ਹੋਏ ਜਿੰਨੇ ਵੀ ਮਤਲਬ ਬੰਦੇ ਸੀਗੇ ਪੈਸੇ ਜਮ੍ਹਾਂ ਹੋ ਗਏ ਕਿੰਨੀ ਦੂਰੀ ਦੇ ਹੈਗਾ ਇਹ ਖੰਭਾ ਕਿੰਨੀ ਦੂਰੀ ਪਾਰਾਂ ਕੀਤਾ ਗਿਆ 4-5 ਮੀਟਰ 5 ਮੀਟਰ ਕਿੰਨਾ 5 ਮੀਟਰ ਲਾ ਲਓ ਕੀ ਸਮੱਸਿਆ ਕੀ ਹੁਣ ਇਹ ਕਹਿ ਰਹੇ ਵੀ ਜਿਹੜਾ ਖੰਭਾ ਵਾ ਮਤਲਬ ਨਜਾਇਜ਼ ਪੁੱਟ ਕੇ ਕੀਤਾ ਵਾ ਉਹ ਕਹਿ ਰਹੇ ਬਲੋਕਾਂ ਦੇ ਨਾਲ ਕੀਤਾ ਜਾਵੇ ਇਹ ਨਜਾਇਜ਼ ਨਹੀਂ ਹੈ ਮਹਿਕਮੇ ਦੇ ਹਦਾਇਤਾਂ ਮੁਤਾਬਕ ਡਿਪੋਜ਼ਿਟ ਐਸਟੀਮੇਟ ਬਣਿਆ ਵਾ ਜੋ ਮਹਿਕਮੇ ਦੇ ਕਾਨੂੰਨ ਦੇ ਮੁਤਾਬਕ ਹੋਇਆ ਵਾ ਉਹ ਕਹਿ ਰਹੇ ਜਿੱਥੇ ਹੁਣ ਖੰਭਾ ਲਗਾਇਆ ਗਿਆ ਵਾ ਉੱਥੇ ਮੋੜ ਦੇ ਵਿੱਚ ਆ ਗੱਡੀਆਂ ਵੱਸ ਸਕਦੀਆਂ ਨੇ ਕੁਝ ਹਾਸਾ ਵੀ ਹੋ ਸਕਦਾ ਵਾ ਉਹ ਅਸੀਂ ਮੈਡਮ ਨੂੰ ਅਪੀਲ ਕੀਤੀ ਹੈ ਦੁਬਾਰਾ ਵੀ ਬੈਲ ਸਾਹਿਬ ਨਾਲ ਵੀ ਹੋਈ ਰਿਐਕਸ਼ਨ ਸਾਹਿਬ ਸਾਡੇ ਦੀ ਗੱਲ ਵੀ ਜਿੱਥੇ ਮਤਲਬ ਦੋਨੋਂ ਪਾਰਟੀਆਂ ਕੰਪਰੋਮਾਈਜ਼ ਹੁੰਦਾ ਕੁਟ ਡੇਟ ਪਿੱਛੇ ਕਰ ਰਹੇ ਇਹ ਤਾਂ ਮਹਿਕਮੇ ਨੂੰ ਵੇਖਣਾ ਚਾਹੀਦਾ ਹੁਣ ਦੀ ਕੰਪਰੋਮਾਈਜ਼ ਕਰਾਉਣ ਵਾਸਤੇ ਆ ਗਏ ਪਹਿਲਾਂ ਵੇਖਣਾ ਚਾਹੀਦਾ ਜੀ ਹੁਣ ਦੀ ਕੰਪਰੋਮਾਈਜ਼ ਦੇ ਆ ਗਏ ਦੋਨੋਂ ਕੰਪਰੋਮਾਈਜ਼ ਕਰਾ ਦੇਣੇ ਇਹ ਚੀਜ਼ ਪਹਿਲਾਂ ਵੇਖਣੀ ਚਾਹੀਦੀ ਨਾ ਜੇ ਗਲਤ ਹੈਗਾ ਤੇ ਪਹਿਲਾਂ ਕਿਉਂ ਨਹੀਂ ਵੇਖਿਆ ਗਿਆ ਨਹੀਂ ਪਹਿਲਾਂ ਉੱਪਰੋਂ ਵੇਖੋ ਉਹ ਤਾਂ ਠੀਕ ਆ ਥੱਲੋਂ ਇੱਕ ਉਹਦਾ ਮਤਲਬ ਠੇਕੇਦਾਰ ਸਾਡੇ ਬੰਦੇ ਕੰਮ ਕਰਦੇ ਆ ਠੇਕੇਦਾਰ ਨੂੰ ਕਹਿ ਕੁਆ ਕੇ ਉਹਨਾਂ ਨੇ ਕੰਮ ਸਾਂ ਕਰਾ ਲਿਆ ਵਾ ਇਹ ਗੱਲ ਕਹਿ ਰਹੇ ਵੀ ਹੁਣ ਦੋਵਾਂ ਦਾ ਕੰਪਰੋਮਾਈਜ਼ ਕਰਾ ਰਹੇ ਆ ਸਮਝਾ ਦਿੰਦੇ ਆ ਤੇ ਜੇ ਪਹਿਲਾਂ ਹੀ ਵੇਖ ਲੈਂਦੇ ਵੀ ਜੇ ਪਹਿਲਾਂ ਹੀ ਪਰਾਂ ਕਰ ਲੈਂਦੇ ਥੱਲੋਂ ਦੇ ਫਿਰ ਤਾਂ ਬੜੀ ਵਧੀਆ ਗੱਲ ਹੀ ਉਹ ਤਾਂ ਤੁਸੀਂ ਫਿਰ ਕਰਨਾ ਸੀ ਨਾ ਕਿਹਨੇ ਕਰਨਾ ਸੀਗਾ ਇਹ ਤਾਂ ਜੇਈ ਸਾਹਿਬ ਨੇ ਕਰਾਉਣਾ ਹੈ ਨਾ ਠੇਕੇਦਾਰ ਨੇ ਬੰਦੇ ਕੰਮ ਕਰਨਾ ਜੇਈ ਨੇ ਕਰਾਉਣਾ ਹੈਗਾ ਫਿਰ ਗਲਤੀ ਵੀ ਹੈਗੀ ਨਾ ਕਿਤੇ ਨਾ ਕਿਤੇ ਗਲਤੀ ਹੈ ਹੀ ਮੌਕੇ 'ਤੇ ਖੜਨਾ ਚਾਹੀਦਾ ਸੀਗਾ ਗਲਤੀ ਹੈ ਤੁਸੀਂ ਮੰਨਦੇ ਹੋ ਗਲਤੀ ਤੁਹਾਡੀ ਹੈਗੀ ਹੈ ਨਹੀਂ ਮੇਰੀ ਨਹੀਂ ਗਲਤੀ ਹੈ ਗਲਤੀ ਤਾਂ ਜੇਈ ਜਿਹੜਾ ਕੰਮ ਕਰਾ ਰਿਹਾ ਮੌਕੇ 'ਤੇ ਉਹਦੀ ਗਲਤੀ ਜੇਈ ਕੀ ਨਾਮ ਜੇਈ ਆਪਣੇ ਵਿੰਦਰ ਜੀ ਹੈਗੇ ਹੁਣ ਜੋ ਆਪਣੇ ਉੱਚ ਅਧਿਕਾਰੀਆਂ ਦੀਆਂ ਹਾੜੀਆਂ ਹਦਾਇਤਾਂ ਹੋਣਗੀਆਂ ਉਸ ਮੁਤਾਬਕ ਕੀਤਾ ਜਾਊਗਾ ਗੁਲਜਾਰ ਸਿੰਘ ਕੀ ਪੋਸਟ ਕੀ ਤੁਹਾਡੀ ਐਡੀਸ਼ਨ ਮੈਂ ਤਾਂ ਰਵਿੰਦਰ ਕੁਮਾਰ ਜੀ ਕੀ ਮਸਲਾ ਸਾਰਾ ਜਿਹੜਾ ਖੰਭੇ ਦਾ ਮਸਲਾ ਸਰ ਇਹ ਸੀਗਾ ਮੈਡਮ ਨੇ ਚਾਹੇ ਸੀ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਆ ਐਪਲੀਕੇਸ਼ਨ ਅਕੋਰਡਲੀ ਆਪਾਂ ਜੋ ਵੀ ਸਾਈਡ ਵੇਖੀ ਆ ਕੇ ਉਹਦੇ ਹਿਸਾਬ ਨਾਲ ਆਪਾਂ ਐਸਟੀਮੇਟ ਬਣਾਤਾ ਐਸਟੀਮੇਟ ਦੇ ਲਿਆ ਕੇ ਮੁੜ ਕੇ ਪ੍ਰਾਈਵੇਟ ਲੇਬਰ ਨੂੰ ਲਾਇਆ ਕੇ ਨਾਲ ਅਤੇ ਪੋਲ ਜਿਹੜਾ 5 ਕਿਲੋਮੀਟਰ ਜਿਹੜਾ ਅੱਗੇ ਜਿਸ ਤਰ੍ਹਾਂ ਵੀ ਐਸਟੀਮੇਟ ਦੇ ਵਿੱਚ ਬਣਿਆ ਸੀ ਅੱਗੇ ਚਲਾਤਾ ਹਾਂ ਇਹ ਹੁਣ ਜਿਹੜੇ ਲੋਕ ਨੇ ਇਹੋ ਕਹਿ ਰਹੇ ਨੇ ਵੀ ਜਿਹੜਾ ਖੰਭਾ ਵਾ ਉਹ ਬਿਲਕੁਲ ਮੋੜ ਦੇ ਵਿਚਕਾਰ ਵਾ ਇਹਨਾਂ ਦੀ ਗੱਡੀ ਦਾ ਹਾਸਾ ਵੀ ਹੋ ਸਕਦਾ ਫਿਰ ਸਰ ਕਿੰਨਾ ਇੱਕ ਤਾਂ ਮੈਂ ਨਵਾਂ ਸੀਗਾ ਨਵੇਂ ਕਰਕੇ ਮੈਨੂੰ ਇਸ ਇਲਾਕੇ ਦੀ ਇੰਨੀ ਜਾਣਕਾਰੀ ਨਹੀਂ ਸੀ ਹੈਗੀ ਨਾ ਜਿਹੜੇ ਮਤਲਬ ਮੇਰੇ ਪ੍ਰਾਈਵੇਟ ਬੰਦੇ ਸੀਗੇ ਉਹ ਵੀ ਮੇਰੇ ਜਾਣਕਾਰ ਨਹੀਂ ਸੀ ਹੈਗੀ ਠੀਕ ਹੈ ਜੀ ਹਾਂ ਨਾ ਮਤਲਬ ਉਹਨਾਂ ਦਾ ਮੇਰੇ ਕੋਲ ਫੋਨ ਨੰਬਰ ਸੀਗਾ ਅਦਰਵਾਈਜ਼ ਦੂਸਰੇ ਲਾਈਨਮੈਨ ਜਿਹੜਾ ਪਹਿਲੇ ਸੀਗਾ ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੇ ਕਰਵਾਇਆ ਅਤੇ ਉਹਦੇ ਕਰਕੇ ਥੋੜ੍ਹੀ ਜਿਹੀ ਮੁਸ਼ਕਿਲ ਇਹ ਆਈ ਵੀ ਉਹ ਜਿਹੜੇ ਬੰਦੇ ਸੀਗੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਥੋੜ੍ਹੀ ਬਹੁਤੀ ਗਲਤੀ ਜਿਹੜੀ ਉਹ ਕੀਤੀ ਗਲਤੀ ਹੈਗੀ ਆ ਥੋੜ੍ਹੀ ਜਿਹੀ ਗਲਤੀ ਹੈਗੀ ਥੋੜ੍ਹੀ ਜਿਹੀ ਹੁਣ ਕੀ ਮਤਲਬ ਆਪਣੀ ਗਲਤੀ ਨੂੰ ਸੁਧਾਰ ਡਿਪਾਰਟਮੈਂਟ ਦੀ ਗਲਤੀ ਹੈ ਗਲਤੀ ਡਿਪਾਰਟਮੈਂਟ ਦੀ ਕਿਹਦੀ ਹੈ ਹਾਂ ਡਿਪਾਰਟਮੈਂਟ ਦੀ ਤੁਸੀਂ ਹੁਣ ਆਪਾਂ ਹਾਂ ਡਿਪਾਰਟਮੈਂਟ ਦੀ ਗਲਤੀ ਆ ਡਿਪਾਰਟਮੈਂਟ ਦੀ ਤੁਸੀਂ ਠੀਕ ਹੀ ਸਮਝਦੇ ਹੋ ਜਿੱਦਾਂ ਵੀ ਹੈਗਾ ਆ ਹੁਣ ਕੀ ਕੀਤਾ ਜਾਊਗਾ ਸਰ ਜਿਸ ਤਰ੍ਹਾਂ ਵੀ ਅਫਸਰ ਸਾਹਿਬਾਨ ਸਾਡੇ ਜਿਹੜੇ ਆਏ ਨੇ ਜਿੱਦਾਂ ਸਾਨੂੰ ਕਾਲ ਕਹਿਣਗੇ ਕਰ ਦਿਆਂਗੇ ਜਿੱਥੇ ਹੈਗਾ ਲੱਗਦਾ ਨਹੀਂ ਵੀ ਸਰਕਾਰ ਦਾ ਦੁਬਾਰਾ ਖਰਚਾ ਕੀਤਾ ਜਾਊਗਾ ਪਹਿਲਾਂ ਹੀ ਦਰੁਸਤ ਕਰ ਲੈਂਦੇ ਤੇ ਦੁਬਾਰਾ ਪੁੱਟ ਪੜਾਈ ਨਾ ਕਰਨੀ ਪੈਂਦੀ ਲੋਕਾਂ ਨੂੰ ਕੰਜਰ ਖਰਾਬ ਨਾ ਹੋਣ ਆਪਣੇ ਨਾਲ ਮੈਂ ਸਰ ਤੁਹਾਨੂੰ ਪਹਿਲਾਂ ਕਹਿਤਾ ਮੈਂ ਨਵੇਂ ਹੋਣ ਦੇ ਨਾਤੇ ਮਤਲਬ ਮੈਨੂੰ ਇਹ ਮੁਸ਼ਕਿਲ ਆਈ ਹੈ ਜੇ ਮੈਂ ਉਹਦੇ ਕਿਤੇ ਕਿਤੇ ਨਵੇਂ ਹੋਣ ਦਾ ਨਵੇਂ ਪਰ ਮੈਂ ਨਹੀਂ ਨਵਾਂ ਪ੍ਰਮੋਟ ਹੋ ਇਹ ਕੰਮ ਤੇ ਬੜੇ ਚਿਰ ਦੇ ਜਿਹੜੇ ਚੱਲਦੇ ਆ ਖੰਭਾ ਪੁੱਟਿਆ ਉਦੋਂ ਲੇਕਿਨ ਘੱਟੋ ਘੱਟ ਇਹ ਤੇ ਵੇਖਣਾ ਚਾਹੀਦਾ ਵੀ ਅੱਗੇ ਗਲੀ ਦਾ ਮੋੜ ਹੈ ਜਾਂ ਉਹ ਹੈ ਇਹ ਚਿੱਕ ਜਾਂ ਸਿੱਧਾ ਹਾਂ ਸਰ ਇਹ ਥੋੜੀ ਮਤਲਬ ਸਾਡੇ ਕੋਲ ਚਲੋ ਆਪਣੀ ਗਲਤੀ ਮੰਨ ਲਈ ਆ ਵੀ ਵਾਕਿਆ ਮੈਂ ਨਵਾਂ ਹੋਣੀ ਗਲਤੀ ਕਰ ਲਈ ਆ
ਲੇਕਿਨ ਕੋਈ ਅਧਿਕਾਰੀ ਵੀ ਚੈੱਕ ਕਰਨ ਵਾਸਤੇ ਨਹੀਂ ਆਇਆ ਵੀ ਸਹੀ ਬਣਿਆ ਕਿ ਜਾਂ ਨਹੀਂ ਬਣਿਆ ਕਿ ਜਾਂ ਇਦਾਂ ਹੀ ਕੰਮ ਚੱਲੇ ਚੱਲਦੇ ਫਿਰ ਸਰ ਵੇਖੋ ਅਧਿਕਾਰੀਆਂ ਨੂੰ ਵੀ ਕੀ ਕਹਿੰਦੇ ਵੀ ਆਉਣਾ ਚਾਹੀਦਾ ਸੀ ਤੁਸੀਂ ਕੰਮ ਕਰਤਾ ਤੁਸੀਂ ਮਿਸਤਰੀ ਲਵਾ ਕੇ ਕੰਮ ਕਰਾਤਾ ਕੋਈ ਐਕਸੀਅਨ ਕੋਈ ਐਸਜੀ ਦੀ ਚੈੱਕ ਕਰਿਆ ਨਹੀਂ ਐਸਜੀ ਐਕਸੀਅਨ ਸਾਹਿਬ ਪਹਿਲੇ ਆਏ ਸੀਗੇ ਪਹਿਲਾਂ ਨਹੀਂ ਮਤਲਬ ਕੰਮ ਹੋਣ ਤੋਂ ਪਹਿਲਾਂ ਆਏ ਸੀਗੇ ਹਾਂ ਉਹੀ ਮੈਂ ਤੁਹਾਨੂੰ ਦੱਸ ਰਿਹਾ ਜਿਹੜੇ ਪ੍ਰਾਈਵੇਟ ਬੰਦੇ ਸੀ ਉਹਨਾਂ ਨੇ ਥੋੜ੍ਹਾ ਜਿਹਾ ਅੱਗੇ ਨੂੰ ਕਰਤਾ ਫੋਨ ਉਹਦੇ ਕਰਕੇ ਬੜੀ ਪ੍ਰੋਬਲਮ ਜਦੋਂ ਕੰਪਲੇਂਟ ਕੀਤੀ ਬਾਅਦ ਚੋਂ ਤਾਂ ਫਰਜ਼ ਬਾਦ ਐਕਸ਼ਨ ਕਰਦੇ ਦੱਸ ਦੇਵੋਗੇ ਤੇ ਹੁਣ ਕੰਪਲੇਂਟ ਕਿੰਨੇ ਦਿਨ ਬਾਅਦ ਕੰਪਲੇਂਟ ਆਈ ਰਹੇ ਨੇ ਜੀ ਮਹੱਲਾ ਵਾਸੀਆਂ ਦੀ ਮਹੱਲਾ ਵਾਸੀਆਂ ਦੀ ਸਭਾਂ ਨੂੰ ਮੇਰੇ ਹਿਸਾਬ ਨਾਲ ਆਈ ਹੋਣੀ ਮੇਰੇ 29 ਤਰੀਕ ਦੀ ਆਈ ਸਰ ਉਹਦੇ ਸੰਬੰਧ 'ਚ ਫਿਰ ਮੈਨੂੰ ਉਹਦੇ ਬਾਰੇ ਕੰਮ ਕਰਵਾ ਦੇ ਜਾਊਗਾ ਸਹੀ ਕਿ ਨਹੀਂ ਕਰਵਾਵਾਂਗੇ ਸਰ ਨਾਲ ਕਿਹੜੀ ਗੱਲ ਕੰਮ ਕਰਵਾਵਾਂਗੇ ਕਰਵਾਉਣ ਵਾਸਤੇ ਬੈਠੇ ਕੀ ਸਮੱਸਿਆ ਤੁਹਾਨੂੰ ਆ ਰਹੀ ਹੈ ਹਾਂਜੀ ਸਮੱਸਿਆ ਇਹ ਆ ਕਿ ਇਹ ਇੱਕ ਅਪਰੂਵਡ ਕਲੋਨੀ ਆ ਅਸੀਂ ਜਿੰਨੀਆਂ ਆਪਣੇ ਘਰ ਬਣਾਏ ਨੇ ਕੋਠੀਆਂ ਬਣਾਈਆਂ ਨੇ ਨਕਸ਼ੇ ਪਾਸ ਕਰਵਾ ਕੇ ਬਣਾਏ ਨੇ ਇਹ ਜਨਾਨੀ ਨੇ ਨਕਸ਼ਾ ਨਿਕਾ ਪਾਸ ਕਰਵਾਇਆ ਔਰ ਇਹ ਕਮਰਸ਼ੀਅਲ ਜਿਹੜੀ ਆ ਨਾ ਆਪਣਾ ਜਿਹੜੀ ਆ ਕੰਸਟਰਕਸ਼ਨ ਇੱਥੇ ਨਹੀਂ ਕਰ ਸਕਦੀ ਸਾਡੀ ਇਹ ਇਤਰਾਜ਼ ਆ ਬਸ ਇੱਕ ਇਹਨਾਂ ਨਕਸ਼ਾ ਨੂੰ ਪਾਸ ਕਰਾਇਆ ਲੇਡੀ ਨੇ ਕੌਣ ਕੀ ਨਾਂ ਇਹਦਾ ਇਹਦਾ ਨਾਂ ਰਜਿੰਦਰ ਕੌਰ ਆ ਦੱਸਦੇ ਕੋਈ ਅਤੇ ਇਹਦਾ ਨਕਸ਼ਾ ਜਿਹੜਾ ਵਾ ਨਾ ਉਹ ਕਮੇਟੀ ਘਰ ਅਸੀਂ ਗਏ ਹਾਂ ਪੂਰੇ ਮਤਲਬ ਮਹੱਲੇ ਵਾਲੇ ਗਏ ਆ ਉਹ ਕਹਿੰਦੇ ਜੀ ਨਕਸ਼ਾ ਨਹੀਂ ਪਾਸ ਕਰਾਇਆ ਉਹਨਾਂ ਨੇ ਕਿਹਾ ਕਿ ਨਕਸ਼ਾ ਨਹੀਂ ਪਾਸ ਕਰਾਇਆ ਹੁਣ ਸਾਨੂੰ ਤਾਂ ਅਸੀਂ ਮੈਂ ਤਾਂ ਕਮੇਟੀ ਦਾ ਮੁਲਾਜ਼ਮ ਨਹੀਂ ਹੈਗਾ ਹੁਣ ਮੈਨੂੰ ਕੀ ਪਤਾ ਉਹ ਕਹਿੰਦੇ ਜੀ ਨਕਸ਼ਾ ਨਹੀਂ ਪਾਸ ਕਰਾਇਆ ਤੁਸੀਂ ਕਹਿ ਰਹੇ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਜਾ ਰਹੀ ਸੀ ਦੇਖੋ ਜੀ ਇਹ ਤਾਂ ਹੁਣ ਅੰਡਰਸਟੈਂਡੇਬਲ ਆ ਕਿ ਇਹ ਨਜਾਇਜ਼ ਉਹ ਸਾਰੀ ਆ ਅਤੇ ਤੁਹਾਨੂੰ ਕੀ ਲੱਗਦਾ ਵੀ ਮਿਲੀ ਭੁਗਤਣਾ ਸਾਰੀ ਸਾਰੀ ਹੋ ਰਹੀ ਹੈ ਜਦੋਂ ਕਹਿ ਰਹੇ ਬਿਜਲੀ ਦਾ ਖੰਭਾ ਵੀ ਸਰਵਾਇਆ ਗਿਆ ਦੇਖੋ ਜੀ ਹੁਣ ਜਦੋਂ ਮਹਿਕਮੇ ਸੁੱਤੇ ਸਾਰੇ ਤਾਂ ਫਿਰ ਮਿਲੀ ਭੁਗਤੀ ਹੋਏਗੀ ਠੀਕ ਆ ਨਾ ਹੁਣ ਭਗਵੰਤ ਮਾਨ ਜੀ ਨੇ ਮਤਲਬ ਰਿਸ਼ਵਤ ਜਿਹੜੀ ਆ ਨਾ ਬੰਦ ਕੀਤੀ ਆ ਅਤੇ ਉਹ ਬੰਦ ਦੇ ਵਿੱਚ ਇਹ ਵੀ ਗੱਲ ਹੁੰਦੀ ਆ ਕਿ ਉਹਦਾ ਰੇਟ ਜਿਹੜਾ ਵਾ ਨਾ ਡਬਲ ਹੋ ਜਾਏਗਾ ਅਤੇ ਜਿਹਨੇ ਲੈਣੀ ਉਹ ਡਬਲ ਰੋਡ ਦੇ ਵਿੱਚ ਅਤੇ ਜਿਹਨੇ ਮਤਲਬ ਰਿਸ਼ਵਤ ਦੇਣੀ ਆ ਉਹਨੂੰ ਥੋੜ੍ਹੀ ਜਿਹੀ ਔਖਿਆਈ ਹੋਣੀ ਆ ਅਤੇ ਜਿਹਨੇ ਲੈਣੀ ਆ ਉਹ ਖੁਸ਼ ਹੁੰਦਾ ਵਾ ਵੀ ਮੈਨੂੰ ਵਾਹ ਵਾਹ ਦੂਣੇ ਪੈਸੇ ਮਿਲ ਗਏ ਆ ਅਤੇ ਉਹ ਫਿਰ ਬੜੀ ਅੱਛੇ ਤਰੀਕੇ ਦੇ ਨਾਲ ਉਹਦੀ ਹੈਲਪ ਕਰਦਾ ਨਗਰ ਕੌਂਸਲ ਕਹਿ ਰਿਹਾ ਵਾ ਵੀ ਇਹ ਜਿਹੜੀ ਕਲੋਨੀ ਆ ਅਨਅਧਿਕਾਰਿਤ ਹੈਗੀ ਆ ਇੱਥੇ ਜਿਹੜੀ ਆ ਕਮਰਸ਼ੀਅਲ ਜਗ੍ਹਾ ਬਣ ਸਕਦੀ ਹੈ ਬਣਾ ਸਕਦੇ ਨੇ ਦੇਖੋ ਜਿਹੜੀ ਹੈਗੀ ਆ ਨਾ ਇਹ ਕਲੋਨੀ ਜੇ ਅਨਅਧਿਕਾਰਿਤ ਹੈ ਤਾਂ ਫਿਰ ਇਹਨਾਂ ਨੇ ਨਕਸ਼ੇ ਜਿਹੜੇ ਆ ਨਾ ਸਾਡੇ ਕੋਲ ਪਾਸ ਕਰਨ ਦੇ ਪੈਸੇ ਕਿਉਂ ਲਏ ਇਹਨਾਂ ਨੇ ਪਿੰਡ ਦੇ ਵਿੱਚ ਆ ਮੈਂ ਮਕਾਨ ਬਣਾਵਾਂ ਅਤੇ ਮੈਂ ਗੁਰਦਾਸਪੁਰ ਆਣ ਕੇ ਨਕਸ਼ਾ ਪਾਸ ਕਰਵਾਵਾਂਗੇ ਪਿੰਡ 'ਚ ਕਿਉਂਕਿ ਨਕਸ਼ਾ ਪਾਸ ਕਰਵਾਉਂਦਾ ਇਹ ਸ਼ਹਿਰ ਵਾ ਇਹ ਸ਼ਹਿਰ ਦੇ ਵਾਸੀ ਹਾਂ ਅਸੀਂ ਨਕਸ਼ੇ ਪਾਸ ਕਰਵਾਏ ਆ ਅਨਅਧਿਕਾਰਿਤ ਕਿੱਦਾਂ ਹੋ ਗਈ ਜਦੋਂ ਇਹ ਕਲੋਨੀ ਬਣੀ ਆ ਨਾ ਬਹੁਤ ਤਕੜੀ ਜਦੋਂ ਜਦ ਹੋਈ ਆ ਐਸੇ ਮੋਹਨ ਪਲਾਜ਼ਾ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਬੈਠੇ ਸਨ ਗੁਰਚਰਨ ਸਿੰਘ ਜੀ ਟੋਰ ਆਪਣੇ ਕਰਤਾਰ ਸਿੰਘ ਜੀ ਪਾੜਾ ਉੱਥੇ ਆਣ ਕੇ ਫੈਸਲਾ ਹੋਇਆ ਹੈਗਾ ਕਿ ਇਹ ਕਲੋਨੀ ਨੂੰ ਜਿਹੜੀ ਨਾ ਅਪਰੂਵ ਕਰੋ ਫਿਰ ਇਹ ਕਲੋਨੀ ਅਪਰੂਵ ਹੋਈ ਹੈ ਖੰਭੇ ਦਾ ਕੀ ਮਸਲਾ ਹੈਗਾ ਵਾ ਖੰਭਾ ਕੀ ਕਰਦੀ ਕਹਿੰਦੇ ਵੀ ਸਾਈਡ ਤੇ ਕਰਾਤਾ ਮਿਲੀ ਭੁਗਤ ਖੰਭੇ ਦਾ ਮਸਲਾ ਜਿਹੜਾ ਵਾ ਨਾ ਉਹ ਇਹ ਹੈਗਾ ਵਾ ਕਿ ਜਿਸ ਵੇਲੇ ਜਿਸ ਨੇ ਵੀ ਕਲੋਨੀ 'ਚ ਆਉਣਾ ਉਹਨੇ ਇੱਧਰੋਂ ਮਤਲਬ ਜਿਹੜਾ ਸੜਕ ਤੋਂ ਆਉਣਾ ਜਿਸ ਲਈ ਅਸੀਂ ਮੁੜਨਾ ਵਾ ਸਾਡੀ ਗੱਡੀ ਦੇ ਵਿੱਚ ਇਹ ਵੱਜੇਗਾ ਅਸੀਂ ਬੇਨਤੀ ਕੀਤੀ ਹੈ ਇਹਨੂੰ ਕਿ ਭੈਣ ਜੀ ਤੁਸੀਂ ਇਹਨੂੰ ਮਤਲਬ ਜਿਹੜਾ ਵਾ ਨਾ ਪਛਾਂ ਕਰ ਲਓ ਅਤੇ ਇੱਥੇ ਇਹਦੇ ਸਾਹਮਣੇ ਜਿਹੜਾ ਵਾ ਨਾ ਆਪਣੀ ਕੰਧ ਦੇ ਸਾਹਮਣੇ ਕਰ ਲਓ ਬਸ ਉਹ ਨਹੀਂ ਮੰਨੇ ਉਹ ਬਸ ਇਸੇ ਗੱਲ ਤੋਂ ਪ੍ਰੋਬਲਮ ਖੜੀ ਹੋਈ ਆ ਉਦੋਂ ਦੀ ਕੰਸਟਰਕਸ਼ਨ ਹੋਣ ਦੀ ਅਸੀਂ ਇਹਨਾਂ ਨੂੰ ਕੁਝ ਨਹੀਂ ਕਿਹਾ ਤੁਸੀਂ ਕੀ ਮੰਗ ਕਰਦੇ ਖੰਭਾ ਪਹਿਲਾਂ ਅਤੇ ਸਰ ਮਸਲਾ ਵਾ ਕਿ ਇੱਕ ਤਾਂ ਰਿਹਾਇਸ਼ੀ ਕਲੋਨੀ ਵਾਲੀ ਠੀਕ ਹੈ ਜੀ ਉੱਥੇ ਦੂਜੇ ਨੰਬਰ 'ਤੇ ਮਤਲਬ ਜਿਹੜੀ ਕਮਰਸ਼ੀਅਲ ਦੁਕਾਨਾਂ ਨਹੀਂ ਬਣ ਸਕਦੀਆਂ ਕਿਉਂਕਿ ਅਸੀਂ ਇੱਥੇ 30,000 ਰੁਪਇਆ ਦੇ ਕੇ ਨਕਸ਼ੇ ਪਾਸ ਕਰਾਏ ਦੇ ਆ ਠੀਕ ਹੈ ਜੇ ਤਾਂ ਰਿਹਾਇਸ਼ੀ ਕਲੋਨੀ ਆ ਤਾਂ ਸੀਵਰੇਜ ਪਿਆ ਜਾਂ ਆਪਣਾ ਕਾਰਪੋਰੇਸ਼ਨ ਦਾ ਜੋ ਸੋਰੀ ਸੀਵਰੇਜ ਪੇ ਦਾ ਵਾ ਠੀਕ ਆ ਇੱਥੇ ਜੇ ਰਿਹਾਇਸ਼ੀ ਕਲੋਨੀ ਹੈਗੀ ਤਾਂ ਪਿਆ ਨਾ ਜੇ ਕਮਰਸ਼ੀਅਲ ਹੁੰਦੀ ਫਿਰ ਕਿਉਂ ਪੈਂਦਾ ਠੀਕ ਹੈ ਜੀ ਦੂਜੇ ਨੰਬਰ 'ਤੇ ਜਿਹੜਾ ਵਾਲਾ ਸੀ ਖੰਭਾ ਸੀ ਬਿਜਲੀ ਵਾਲਾ ਆ ਪਿੱਛੇ ਸੀਗਾ ਅਸੀਂ ਇਹਨਾਂ 'ਤੇ ਸਾਰੀ ਗੱਲ ਮੰਨੇ ਹਾਂ ਕਿ ਚਲੋ ਕੋਈ ਵੀ ਆਪਣੇ ਘਰ ਦੇ ਖੰਭਾ ਨਹੀਂ ਲਾ ਕੇ ਜੀ ਜਦੋਂ ਉਹਨਾਂ ਨੇ ਐਕਸ਼ਨ ਸਾਹਿਬ ਨੇ ਕਿਹਾ ਕਿ ਇੱਥੇ ਪਿੱਲਰ ਦੇ ਵਿੱਚ ਕਿ ਇੱਥੋਂ ਤੱਕ ਖੰਭਾ ਆਉਣਾ ਵਾ ਜਿੱਥੇ ਉਹਨਾਂ ਨੇ ਨਿਸ਼ਾਨੀ ਵੀ ਲਾ ਕੇ ਗਏ ਆ ਠੀਕ ਆ ਇਹਨੇ ਪ੍ਰਾਈਵੇਟ ਬੰਦਿਆਂ ਨੂੰ ਪੈਸੇ ਦੇ ਕੇ 2 ਫੁੱਟ ਖੰਭਾ ਗਲੀ 'ਚ ਕਰਾਇਆ ਸਾਨੂੰ ਪ੍ਰੋਬਲਮ ਇਹ ਆਉਂਦੀ ਆ ਇੱਕ ਤਾਂ ਗੱਡੀ ਵਾਸਤੇ ਕੱਲ੍ਹ ਨੂੰ ਅੱਗੇ ਪਲਾਟ ਖਾਲੀ ਪਏ ਆ ਕੱਲ੍ਹ ਨੂੰ ਅਸੀਂ ਮਕਾਨ ਘਰ ਬਣਾਉਣਾ ਟਰਾਲੀ ਇੱਥੇ ਫਸੂਗੀ ਖੰਭਾ ਡਿੱਗੇਗਾ ਕੋਈ ਮਰੇਗਾ ਜੇ ਕਿਸੇ 'ਤੇ ਬਿਜਲੀਆਂ ਪੈਣਗੀਆਂ ਤਾਂ ਮਰੇ ਹੋਇਆ ਕੋਈ ਆ ਕੇ ਅਤੇ ਉਹਦੇ ਤੋਂ ਪਹਿਲਾਂ ਖੰਭਾ ਪਿੱਛੇ ਹੋ ਜੇ ਅਸੀਂ ਬਥੇਰਾ ਜੋ ਲਾਇਆ 29 ਤਰੀਕ ਤੋਂ ਲੈ ਕੇ ਹੁਣ ਤੱਕ ਆਪਾਂ ਜੋ ਲਾਉਂਦੇ ਸਾਰੇ ਬੰਦਿਆਂ ਕੋਲ ਮਿਲਿਆ ਸਾਰਿਆਂ ਨੂੰ ਹੀ ਫਾਈਲਾਂ ਦਿੱਤੀਆਂ ਕੋਈ ਵੀ ਇੱਥੇ ਇੱਕ ਵੀ ਬੰਦਾ ਤੱਕ ਆ ਕੇ ਕਿਸੇ ਨੇ ਹੂ ਨੇ ਹਾਂ ਨਹੀਂ ਕੀਤੀ ਕਿਉਂਕਿ ਸਾਰੇ ਮੁਲਾਜ਼ਮ ਆ ਸਾਰੇ ਕੰਮ ਕਾਰ ਕਰਨ ਵਾਲੇ ਵਿਹਲਾ ਕੋਈ ਨਹੀਂ ਹੈਗਾ ਹੁਣ ਅਸੀਂ ਕੰਮ ਨੂੰ ਲੱਗੇ ਰਹਾਂਗੇ ਤਾਂ ਜਿਹੜੀ ਉੱਪਰ ਸਰਕਾਰ ਉਹਦਾ ਫਾਇਦਾ ਕੀ ਆ ਅਸੀਂ ਵੋਟਾਂ ਪਾਈਆਂ ਠੀਕ ਆ ਨਾ ਅਸੀਂ ਵੋਟਾਂ ਪਾਈਆਂ ਅਸੀਂ ਕੰਮ ਲੈਣ ਵਾਸਤੇ ਪਾਈਆਂ ਕਿਉਂਕਿ ਕਿਸੇ ਨੇ ਰੋਟੀ ਨਹੀਂ ਮੰਗਣੀ ਉਹਨਾਂ ਕੋਲ ਸਾਰਿਆਂ ਨੇ ਕੰਮ ਹੀ ਮੰਗਣੇ ਆ
ਭਾਜੀ ਨਜਾਇਜ਼ ਬਹੁਤ ਜ਼ਿਆਦਾ ਨਜਾਇਜ਼ ਹੁੰਦੀ ਇੱਥੇ ਠੀਕ ਆ ਇਹ ਕਹਿੰਦੇ ਕਿ ਮੇਰੀ ਆਵਾਜ਼ ਵੀ ਹੈ ਤੁਸੀਂ ਜੋ ਕਰਨਾ ਕਰ ਲਓ ਹੁਣ ਤੁਸੀਂ ਆਇਓ ਤੁਸੀਂ ਆ ਕੇ ਉਹਨੂੰ ਕਿਹਾ ਕਿ ਆਪਣੀ ਰਾਏ ਦੋ ਅਸੀਂ ਮੰਗ ਕੀ ਕਰਨੇ ਆ ਕਿ ਜਿੱਦਾਂ ਸਾਡਾ ਪੂਰਾ ਮਹੱਲਾ ਵਾ ਅਸੀਂ ਯੂਨਿਟ ਬਣਾਈ ਦੀ ਆ ਜਿੱਦਾਂ ਇਹਨਾਂ ਨੂੰ ਵਧੀਆ ਲੱਗਦਾ ਵਾ ਕਿ ਜੋ ਸਹੀ ਗੱਲ ਆ ਕਿ ਖੰਭਾ ਚੁੱਕ ਪਿੱਛੇ ਹੋ ਜੇ ਠੀਕ ਆ ਅਸੀਂ ਉੱਥੇ ਰਾਜੀ ਹਾਂ ਬਿਲਕੁਲ ਭਾਜੀ ਬੰਦ ਹੋਣੀ ਚਾਹੀਦੀ ਆ ਇੱਥੇ ਕੱਲ੍ਹ ਨੂੰ ਆ ਕੇ ਜਿੱਦਾਂ ਨੇ ਜਿੱਡਾ ਉੱਚਾ ਬਣਾਤਾ ਵਾ ਨੀਆਂ ਬਣਾ ਦੀਆਂ ਇਹਨਾਂ ਨੇ ਰੈਂਪ ਦੇ ਗਲੀ ਵਿੱਚ ਬਣਾ ਦੇਣੇ ਆ ਕੱਲ੍ਹ ਨੂੰ ਤਾਂ 100 ਗੱਡੀਆਂ ਆਉਣੀ ਆ ਉੱਥੇ ਵੀ ਰੈਂਪ ਵੇਖੋ ਕਿੱਡਾ ਉੱਚਾ ਬਣਾਦਾ ਕਹਿੰਦੇ ਜਿੱਥੋਂ ਤੱਕ ਰੈਂਪ ਮਿੱਟੀ ਉੱਥੋਂ ਤੱਕ ਰੈਂਪ ਬਣਾਉਣਾ ਆਪਾਂ ਇਹ ਰਾਮ ਸਹਾਈ ਕਲੋਨੀ ਆ ਇਹਦਾ ਸਰ ਮੇਰੇ ਵੱਲੋਂ ਜਦੋਂ ਇਹਨਾਂ ਦੀ ਕੰਪਲੇਂਟ ਮਹੱਲਾ ਵਾਸੀਆਂ 'ਤੇ ਪ੍ਰਾਪਤ ਹੋਈ ਸੀ ਤੁਰੰਤ ਪ੍ਰਭਾਵ ਹੇਠ ਐਕਸੀਅਨ ਨੂੰ SDO ਨੂੰ JEE ਨੂੰ ਸੰਬੰਧਿਤ ਬਿਲਡਿੰਗ ਕਲਰਕ ਨੂੰ ਭੇਜਿਆ ਗਿਆ ਸੀ ਉਹਦਾ ਮੈਂ ਵੀ ਮੁਆਇਨਾ ਵੇਖਿਆ ਕੀਤਾ ਜਦੋਂ ਮੈਂ ਉਸ ਜਗ੍ਹਾ 'ਤੇ ਗਿਆ ਉਹਨਾਂ ਨੇ ਰਿਹਾਇਸ਼ੀ ਨਕਸ਼ਾ ਜਿਹੜਾ ਔਨਲਾਈਨ ਨਗਰ ਕੌਂਸਲ ਨੂੰ ਸਬਮਿਟ ਕੀਤਾ ਹੋਇਆ ਪਰ ਉੱਥੇ ਕਮਰਸ਼ੀਅਲ ਉਹਦੀ ਸ਼ੇਪ ਜਿਹੜੀ ਕਮਰਸ਼ੀਅਲ ਬਣਾਈ ਸੀ ਪਰ ਜਦੋਂ ਮੈਂ ਉਸ ਉਹਦੇ ਅੰਦਰ ਜਾ ਕੇ ਜਿਹੜੇ ਉਹਨੇ ਪਾਰਟਸ ਬਣਾਏ ਸੀ ਕਮਰਸ਼ੀਅਲ ਦੇ ਉਹਨਾਂ ਲੇਡੀਜ਼ ਨੇ ਬਹੁਤ ਕੋਪਰੇਟ ਕਰਕੇ ਉਹਨੂੰ ਆਪ ਹੀ ਉਹਨੂੰ ਕਹਿਤਾ ਵੀ ਮੈਂ ਇੱਥੇ ਕਮਰਸ਼ੀਅਲ ਐਕਟੀਵਿਟੀ ਨਹੀਂ ਕਰਾਂਗੀ ਜੇਕਰ ਮੈਂ ਕਮਰਸ਼ੀਅਲ ਇੱਥੇ ਐਕਟੀਵਿਟੀ ਕਰਾਂਗੀ ਜੋ ਵੀ ਤੁਹਾਡੇ ਪੰਜਾਬ ਮਿਊਂਸੀਪਲ ਐਕਟ ਮੁਤਾਬਕ ਕਾਰਵਾਈ ਉਹ ਕੀਤੀ ਜਾਵੇ ਪਰ ਮੈਂ ਇੱਥੇ ਆਪਾਂ ਇੱਥੇ ਨਹੀਂ ਰੁਕੇ ਜੋ ਵੀ ਸਾਡਾ ਪੰਜਾਬ ਮਿਊਂਸੀਪਲ ਐਕਟ 1911 ਦੀ ਧਾਰਾ 195D ਤਹਿਤ ਉਹਨੂੰ ਨੋਟਿਸ ਜਾਰੀ ਕੀਤਾ ਔਰ ਉਹ ਨੋਟਿਸ ਦਾ ਪੀਰੀਅਡ ਜਿਹੜਾ 7 ਦਿਨ ਦਾ ਹੁੰਦਾ 7 ਦਿਨ ਦੇ ਨੋਟਿਸ ਤੋਂ ਬਾਅਦ ਉਸ ਨੂੰ ਅਸੀਂ ਕੋਰਟ ਦੇ ਵਿੱਚ ਸਬਮਿਟ ਕਰ ਦਿੰਦੇ ਹਾਂ CGM ਦੀ ਕੋਰਟ 'ਚ ਕੰਪਲੇਂਟ ਫਾਈਲ ਕਰ ਦਿੰਦੇ ਹਾਂ ਇਸ ਤੋਂ ਇਲਾਵਾ ਨਾਲ ਹੀ ਅਸੀਂ ਪੁਲਿਸ ਵਿਭਾਗ ਨੂੰ ਵੀ ਲਿਖ ਦਿੱਤਾ ਵੀ ਇਹ ਇੱਥੇ ਜੇਕਰ ਕੋਈ ਕਮਰਸ਼ੀਅਲ ਐਕਟੀਵਿਟੀ ਜਿੰਨਾ ਚਿਰ ਤੱਕ ਪੰਜਾਬ ਮਿਊਂਸੀਪਲ ਐਕਟ ਮੁਤਾਬਕ ਲੋੜੀਂਦੀ ਪ੍ਰਵਾਨਗੀ ਨਹੀਂ ਹਾਸਲ ਹੋ ਜਾਂਦੀ ਉਹਨਾਂ ਚਿਰ ਤੱਕ ਇੱਥੇ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ ਦੂਸਰਾ ਇਸ ਜਗ੍ਹਾ ਦੇ ਉੱਤੇ ਕਮਰਸ਼ੀਅਲ ਐਕਟੀਵਿਟੀ ਕਰਨ ਦੀ ਪ੍ਰਵਾਨਗੀ ਵੀ ਨਹੀਂ ਦਿੱਤੀ ਜਾ ਸਕਦੀ ਉਹਦਾ ਰੀਜ਼ਨ ਇਹ ਹੈ ਇਸ ਰੋ ਜਿਹੜੀ ਗਲੀ ਆ ਇਹਦੀ ਵਿਡਥ ਜਿਹੜੀ ਆ 22 ਲਾਸ ਮੁਤਾਬਕ ਪੂਰੀ ਨਹੀਂ ਹੈ ਹੁਣ ਮੈਂ ਮਹੱਲਾ ਵਾਸੀਆਂ ਨੂੰ ਬੇਨਤੀ ਕਰਦਾ ਵੀ ਮੈਂ ਤੁਹਾਡੇ ਨਾਲ ਅੱਜ ਵੀ ਖੜ੍ਹਾ ਹਾਂ ਗਾਂ ਵੀ ਤੁਹਾਡੇ ਨਾਲ ਖੜ੍ਹੇ ਹਾਂ ਸਾਡੀ ਫਰਜ਼ ਬਣਦਾ ਜਿੱਥੇ ਤੁਸੀਂ ਸਾਨੂੰ ਡਿਊਟੀ ਲਾਉਂਦੇ ਹੋ ਅਸੀਂ ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਈਏ ਅਸੀਂ ਇੱਥੋਂ ਤੱਕ ਕਿ ਆਊਟ ਆਫ ਦਾ ਡਿਪਾਰਟਮੈਂਟ ਅਸੀਂ ਪੰਜਾਬ ਮਿਊਂਸੀਪਲ ਐਕਟ ਦੇ ਤੋਂ ਬਾਹਰ ਕਾਰਜਕਾਰੀ ਇੰਜੀਨੀਅਰ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਵੀ ਮੈਂ ਲੈਟਰ ਲਿਖੀ ਆ ਵੀ ਮੈਂ ਇਹ ਜਿਹੜਾ ਤੁਸੀਂ ਤੁਹਾਡੀ ਵੱਲੋਂ ਵਾਲਾ ਸ਼ਿਫਟ ਕੀਤਾ ਆ ਇਹਨੂੰ ਪ੍ਰੋਪਰ ਪਲੇਸ 'ਤੇ ਕਰੋ ਇਹਦੇ ਨਾਲ ਇਨਕਰੋਜਮੈਂਟ ਆ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਆ ਔਰ ਉਹਨਾਂ ਵੱਲੋਂ ਇਹ ਕਾਰਵਾਈ ਕਰ ਦਿੱਤੀ ਜਾਵੇ ਜਿਹੜੀ ਸ਼ੇਪ ਦਿੱਤੀ ਗਈ ਹੈ ਵੀ ਜਿਹੜੀ ਕਮਰਸ਼ੀਅਲ ਸ਼ੇਪ ਦਿੱਤੀ ਗਈ ਆ ਉਹ ਵੀ ਜਾਇਜ਼ ਵਾ ਕਿ ਜੋ ਵੀ ਨਹੀਂ ਜਾਇਜ਼ ਨਹੀਂ ਉਹ ਕਮਰਸ਼ੀਅਲ ਦੇਖਿਓ ਤੁਸੀਂ ਸ਼ੇਪ ਪਰ ਉਹਨੇ ਬੰਦ ਕਰ ਦਿੱਤੀ ਆ ਜਦੋਂ ਸਾਡੇ ਧਿਆਨ 'ਚ ਆਇਆ ਉਹਨੂੰ ਕੰਧਾਂ ਬੰਦ ਕਰ ਦਿੱਤੀਆਂ ਜਿਹੜੇ ਉਹਦੇ ਡੋਰ ਸੀ ਉਹਨਾਂ ਨੂੰ ਬੰਦ ਕੀਤਾ ਹੋਇਆ ਤੁਸੀਂ ਚੈੱਕ ਕਰ ਲਿਓ ਮੇਰੇ ਕੋਲ ਉਹਦੇ ਫੋਟੋਗ੍ਰਾਫਸ ਵੀ ਆ ਪਰ ਵੈਸੇ ਕਾਨੂੰਨੀ ਤੌਰ 'ਤੇ ਉੱਥੇ ਕਮਰਸ਼ੀਅਲ ਜਗ੍ਹਾ ਬਣ ਨਹੀਂ ਸਕਦੀ ਨਹੀਂ ਬਣ ਸਕਦੀ ਜੇਕਰ ਬਣਾਉਂਦੀ ਆਉਣ ਵਾਲੇ ਸਮੇਂ ਵਿੱਚ ਤਾਂ ਕੀ ਕਰੇਗੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਣਾਓ ਬਣਾ ਹੀ ਨਹੀਂ ਜਾ ਸਕਦੀ ਉਹਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ ਰੂਲ ਮੁਤਾਬਕ ਨਹੀਂ ਦਿੱਤੀ ਹਾਂ ਇਹ ਜ਼ਰੂਰ ਆ ਵੀ ਸਾਡੇ ਮਿਕਸ ਜ਼ੋਨ ਆ ਸਾਡਾ ਸ਼ਹਿਰ ਜਿਹੜਾ ਮਿਕਸ ਜ਼ੋਨ ਆ ਇਹਦੇ ਵਿੱਚ ਕੋਈ ਸਪੈਸੀਫਿਕ ਏਰੀਆ ਡਿਕਲੇਅਰ ਨਹੀਂ ਕੀਤਾ ਵੀ ਹੈ ਏਰੀਆ ਕਮਰਸ਼ੀਅਲ ਆ ਇਹ ਰਿਹਾਇਸ਼ੀ ਆ ਪਰ ਮਾਸਟਰ ਪਲਾਨ ਨੂੰ ਚੈੱਕ ਕਰ ਲਿਆ ਜਾਵੇਗਾ ਜੋ ਵੀ ਮਾਸਟਰ ਪਲਾਨ ਮੁਤਾਬਕ ਹੋਏਗਾ ਕਾਰਵਾਈ ਬਣਦੀ ਕਰਾਂਗੇ